जाएगा ਉਹ ਵੀ ਆਪਾਂ ਲਾਲ ਸੋਨੇ ਕੋਲੇ ਪਹੁੰਚ ਗਏ ਸੀਗੇ ਤੇ ਇੱਕ ਹੋਰ ਮੁੰਡੇ ਨੇ ਸਾਡੇ ਨਾਲ ਹੋਰ ਬਹਿਣਾ ਵਾ ਚਾਰ ਜਾਣੇ ਜਾਵਾਂਗੇ ਇੱਥੋਂ ਟ੍ਰੈਫਿਕ ਦੇਖੋ ਕਿੰਨਾ ਚੱਲਦਾ ਹਿੱਲਾ ਹਨਾ ਪੂਰਾ 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 ਕਿ ਸੜਕਾਂ ਟ੍ਰੈਫਿਕ ਕਿੰਨਾ ਹਨਾ ਅੱਛਾ ਟ੍ਰੈਫਿਕ ਕਹਿੰਦੇ ਇਹਨੂੰ ਮੈਨੂੰ ਤਾਂ ਅੱਜ ਪਤਾ ਲੱਗਿਆ ਜਿਹੜੇ ਮੋਟਰਸਾਈਕਲ ਕਦੇ ਕਦੇ ਚਲਾਉਣ ਵਾਲੇ ਹੋਣ ਉਹਨਾਂ ਨੂੰ ਕੀ ਪਤਾ ਹੁੰਦਾ ਬਾਈ ਜਿਹਨਾਂ ਨੂੰ ਘਰੋਂ ਨਹੀਂ ਨਿਕਲਣ ਦਿੰਦਾ ਉਹਨਾਂ ਡੈਡੀ ਉਹ ਪੁੱਛਦੇ ਆ 6 ਮਹੀਨੇ ਹੋ ਗਏ ਸਿਰਫ 4000 ਕਿਲੋਮੀਟਰ ਚੱਲਿਆ ਮੋਟਰਾਂ ਦੇ ਵਾਲਾ ਇਹਨਾਂ ਨੂੰ ਤਾਂ ਮੇਰੀ ਸਕੂਟਰੀ 10-12000 ਕਿਲੋਮੀਟਰ ਚੱਲ ਜਾਵੇ ਚਲੋ ਉਹ ਵੀ ਸਰਾਵੇ ਪਿੰਡ ਆ ਕੇ ਤਾਂ ਕਾਲਜ ਦੇਖੋ ਨਿੱਕਾ ਜਿਹਾ ਕਾਲਜ ਐਵੇਂ ਜੋ 4 ਕੁ ਕਮਰੇ ਨੇ ਬਣ ਕੇ ਤਾਂ ਐਂ ਜਾਂਦਾ ਜਿਵੇਂ ਬੜਾ ਕੁਝ ਹੁੰਦਾ ਚੱਲ ਚੱਲ ਦੱਸ ਫਿਰ ਆਪਦੇ ਕਾਲਜ ਦੀ ਖਾਸੀਅਤ ਕੁਛ ਵੀ ਨਹੀਂ ਦੇਖੋ ਬਈ ਆਹ ਕਲਾਸ ਸਭ ਤੋਂ ਵਧੀਆ ਜੀ ਬਣਾਈ ਹੋ ਗਈ ਇਹਨਾਂ ਨੇ ਬਸ ਉਹ ਹਾਂ ਸਾਰੀਆਂ ਵਧੀਆ ਪਤਾ ਹੀ ਆ ਜਿੰਨੀ ਵਾਰ ਵੀ ਕਾਲਜ ਆਇਆ ਤੀਜੀ ਵਾਰ ਤੀਜੀ ਚੌਥੀ ਵਾਰੀ ਕਾਲਜ ਆਇਆ ਹਨਾ ਇੱਦਾਂ ਦੀਆਂ ਨੇਗੀਆਂ ਸਾਰੀਆਂ ਕਲਾਸਾਂ ਜਿਹੀਆਂ ਦੇਖੇ ਨਵਾਂ ਫੋਨ ਲਿਆ ਕਿੰਨਾ ਟਾਈਮ ਬਾਅਦ ਕੰਮ ਕਰਤਾ ਲੈਣ ਪਾਤੀ ਵਿੱਚ ਹਫ਼ਤੇ ਬਾਅਦ ਇੱਕ ਵੀ ਨਹੀਂ ਪਾਈ ਦਿਖਾਈ ਕਿੰਨੀਆਂ ਪਾਈਆਂ ਚੱਲ ਕੋਈ ਨੀ ਦੇਖਦੇ ਹਾਂ ਉੱਥੇ ਤਾਂ ਕੋਈ ਵੀ ਨਹੀਂ ਹੈਗਾ ਵਧੀਆ ਦੇਖੋ ਘਰ ਕਿੰਨਾ ਸੋਹਣਾ ਲੱਗਦਾ ਨਾ ਖੇਤਾਂ 'ਚ ਇਕੱਲਾ ਇਕੱਲਾ ਆ ਕਿਆ ਸੋਹਣਾ ਲੱਗਦਾ ਕਿੱਧਰ ਬੈਠਾ ਉਹ ਬੈਠਾ ਚੱਲੀਏ ਵੇ ਬੰਦਾ ਇਹੋ ਜਿਹਾ ਹੋਵੇ ਸਾਲਾ ਰਗੜਿਆ ਪਿਆ ਹੋਵੇ ਤਾਂ ਵੀ ਕਹਿ ਦੋ ਜਿੱਥੇ ਮਰਜ਼ੀ ਲੈ ਚੱਲੋ ਭਾਈ ਮੈਨੂੰ ਲੈ ਚੱਲੋ ਹਨਾ ਵੀ ਹੈ ਆਹ ਦੇਖੋ ਸਾਰਾ ਭਾਵੇਂ ਰਗੜਿਆ ਪਿਆ ਹੋਵੇ ਲਫੜਾ ਤੁਰ ਵੀ ਨਾ ਹੁੰਦਾ ਹੋਵੇ ਮੈਨੂੰ ਲੈ ਚੱਲੋ ਭਾਈ ਜਿੱਥੇ ਲੈ ਕੇ ਜਾਣਾ ਕਈ ਸਾਲੇ ਫੋਨ ਵੀ ਨਹੀਂ ਚੱਕਦੇ ਹੁੰਦੇ ਤੈਨੂੰ ਪਤਾ ਕਈ ਫੋਨ ਵੀ ਨਹੀਂ ਚੱਕਦੇ ਹੁੰਦੇ ਯੂ ਨੋ ਚੱਲ ਚੱਲੀਏ ਹੈਂ ਬਾਈ ਦੇਖ ਲਾ ਇਹਨੂੰ ਸਾਲ ਹੋ ਗਿਆ ਕਾਲਜ ਲੱਗਣ ਉਹਨੇ ਫਾਈਲਾਂ ਤੱਕ ਨਹੀਂ ਬਣਾਈਆਂ ਮੈਡਮ ਇਹਦੇ ਕੰਨੀ ਝਾਕੇ ਬਿਟਰ ਬਿਟਰ ਚੱਲ ਚੱਲ ਕੋਈ ਨਹੀਂ ਠੀਕ ਆ ਉਹ ਬਈ ਤੇਲ ਪਵਾ ਲਿਆ 120 ਦਾ ਹੁਣ ਇਹ ਚਲਾਉਂਦਾ 125 ਦਾ 20 ਦਾ ਨਹੀਂ 25 ਦਾ 5 ਘੱਟ ਗਏ ਲੈ ਲੈ ਹੋਰ ਚਲਵਾ ਲਓ ਹੋਰ ਚਲਵਾ ਲਓ ਨਾਲ ਦੀ ਨਾਲ ਹੀ ਬੰਦ ਮੇਰੇ ਕੋਲ ਇੱਕ ਵਾਰ ਵੀ ਬੰਦ ਹੋਇਆ ਐਵੇਂ ਹੀ ਫੇਰ ਕੀ ਹੋ ਜਾਂਦਾ ਘਰੇ ਆ ਗਏ ਹੈਰੀ ਉਹਨਾਂ ਨੂੰ ਉਹਨਾਂ ਦੇ ਘਰੇ ਛੱਡ ਜਾਂਦਾ ਵੇਪਨ ਮੈਨੂੰ ਮੇਰੇ ਘਰੇ ਛੱਡਿਆ ਜੀ ਹੁਣ ਆਪਾਂ ਜਾਣਾ ਰਾਏਕੋਟ ਦੇਖ ਲਓ ਉੱਥੋਂ ਰਾਏਕੋਟ ਸਾਰਾ ਸੀਗਾ ਜਿੱਥੋਂ ਅਸੀਂ ਮੁੜ ਕੇ ਆਏ ਹਾਂ ਸਰਾਭਾ ਪਿੰਡ ਤੋਂ ਮਸਾਂ ਕਿ 25 ਕਿਲੋਮੀਟਰ ਮਸਾਂ ਕੁ ਇੱਥੋਂ ਘਰੋਂ ਹੈਗਾ 40 ਕਿਲੋਮੀਟਰ ਫਿਰ ਹੁਣ ਮੈਨੂੰ ਉੱਧਰ ਨੂੰ ਜਾਣਾ ਪੈਣਾ ਚਲੋ ਕੋਈ ਗੱਲ ਨਹੀਂ ਇੰਨਾ ਕੁ ਤਾਂ ਚੱਲਦਾ ਰਹਿੰਦਾ ਗੱਡੀ ਕੱਢੀਏ ਸਾਫ਼ ਸੁਫ਼ ਆਪਾਂ ਗੱਡੀ ਕਰ ਲਈ ਆਪਣੇ ਮਿੱਤਰੋ ਚੱਲੀਏ ਫਿਰ ਹੁਣ ਉਹ ਵੀ ਘਰੋਂ ਤੁਰੇ ਸੀਗੇ ਅਤੇ ਰਸਤੇ 'ਚ ਫਾਟਕ ਮਿਲ ਗਏ ਸਾਡੇ ਮੂਹਰੇ ਹੀ ਫਾਟਕ ਪਏ ਡਿੱਗ ਪਏ ਹੋਏ ਯਾਰ ਹੁਣ ਕਿੰਨਾ ਟਾਈਮ ਇੱਥੇ ਰੁਕਣਾ ਪਊਗਾ ਆਹ ਕੱਛੇ ਜੀ ਆ ਗਿਆ ਆਹ ਮੰਮੀ ਬੈਠੀ ਸਾਡੀ ਅਤੇ ਤੁਹਾਡਾ ਬਾਈ ਤਾਂ ਤੁਸੀਂ ਸਵੇਰ ਦੇ ਨਾ ਦੇਖ ਹੀ ਲਿਆ ਹੈ ਨਾ ਬੰਦ ਕਰ ਦਿਓ ਮਿੰਟ ਕਹਿਣਾ ਬਾਈ ਇੱਥੇ ਹੁਣ ਪਤਾ ਨਹੀਂ ਕਿੰਨਾ ਟਾਈਮ ਖੜ੍ਹਨਾ ਪਊ ਯਾਰ ਬੜਾ ਟਾਈਮ ਲਾਉਂਦੇ ਆ ਉਹ ਟ੍ਰੇਨ ਖੜ੍ਹੀ ਦੇਖੋ ਸਾਹਮਣੇ ਤੁਹਾਨੂੰ ਦਿਖਦੀ ਹੋ ਉਹ ਦੇਖੋ ਚਲੋ ਕੋਈ ਨਹੀਂ ਵੇਟ ਕਰਦੇ ਹਾਂ ਮਿੱਤਰੋ ਫਿਰ ਚੱਲੀਏ ਕਹਾਂ ਮੌਸਮ ਅੱਜ ਇੱਕ ਨੰਬਰ ਹੋਇਆ ਪਿਆ ਆਪਾਂ ਬੱਦਲੋ ਬੱਦਲੀ ਹੋਏ ਪਏ ਦੇਖੋ ਤੁਸੀਂ ਹਨਾ ਦੇਖਦੇ ਹਾਂ ਅੱਜ ਮੀਂਹ ਪਊ ਜਾਂ ਨਹੀਂ ਪਊਗਾ ਚੱਲੀਏ ਫੜ ਲਾ ਯਾਰ ਇੱਕ ਚੱਲੀ ਭੁੱਖ ਲੱਗੀ ਹੋਈ ਆ ਹੈਗੇ ਪੈਸੇ ਖੁੱਲੇ ਗਰਮ ਜੀ ਛੱਲੀ ਦੇਖੀ ਗਰਮ ਜੀ ਛੱਲੀ
ਗਰਮ ਜੀ ਹੈ ਨਾ, ਗਰਮ ਜੀ ਦੇਖੀ ਤਾਂ ਗਰਮ ਆ ਨਾ, ਨੂਣ ਲੱਗਿਆ ਹੋਇਆ ਗਰਮ ਜੀ, ਮੈਨੂੰ ਫੜਾ ਦੇ। ਚਲੋ ਜੀ ਛੱਲੀ ਖਾਈਏ ਜੀ, ਛੱਲੀ ਹਾਏ ਹਾਏ ਬੜੀ ਸਵਾਦੀ ਸਵਾਦੀ। ਟ੍ਰੇਨ ਵੀ ਆ ਗਈ ਮਿੱਤਰੋ, ਟ੍ਰੇਨ ਵੀ ਆ ਗਈ, ਉਹ ਆ ਗਈ ਟ੍ਰੇਨ। ਨੋਟ ਫਟਿਆ ਦਾ ਹੈ ਕਦੇ ਨਹੀਂ ਪਤਾ ਲੱਗਿਆ। ਮਿੱਤਰੋ ਰਾਏਕੋਟ ਪਹੁੰਚ ਗਏ ਸੀਗੇ ਅਤੇ ਉੱਥੋਂ ਆਪ ਇੱਕ ਡੱਬਾ ਫੜਨਾ ਵਾ ਅਤੇ ਤੁਹਾਨੂੰ ਸੁਹਾਉਣਾ ਉੱਥੇ ਵਾਲੀ ਕਿੱਥੇ ਅਸੀਂ ਕੁਲਚਾ ਖਾਧਾ ਸੀ ਅਤੇ ਕਿੱਥੇ ਸਾਨੂੰ ਕੀ ਕੀ ਮਹਿਸੂਸ ਹੋਇਆ ਸੀਗਾ। ਇੰਨਾ ਗੰਦਾ ਮਹਿਸੂਸ ਸੀ ਨਾ, ਗੱਲ ਛੱਡ ਦਿਓ। ਇੱਥੇ ਆ ਜਾ ਕੇ ਤਾਂ ਅਸੀਂ ਕੁਲਚੇ ਸਿੱਟੇ ਸੀ ਆ ਦਰਖਤ ਜੇ ਕੋਲ, ਉੱਥੋਂ ਬਸ ਸਾਡੇ 'ਤੇ ਜਿਹੜਾ ਸਾਹਮਣੇ ਆ ਇਹਦੇ ਤੋਂ ਕੁਲਚਾ ਬਣਵਾਇਆ ਸੀਗਾ। ਦਿਖਾਉਣਾ ਉੱਥੇ, ਇੱਕ ਮਿੰਟ ਰੋਕ ਕੇ ਦਿਖਾਉਣਾ। ਇੱਥੋਂ ਡੱਬਾ ਬਣਵਾ ਲੈਣਾ ਅਤੇ ਉਹ ਸਾਹਮਣੇ ਦੇਖੋ ਬਾਈ ਕੁਲਚਿਆਂ ਵਾਲਾ, ਉੱਥੇ ਆ ਉਹ ਦੇਖੋ ਉੱਥੇ ਕੁਲਚਿਆਂ ਵਾਲਾ ਵਾ ਅਤੇ ਉਹ ਦੇਖ, ਉਹ ਦਿਖਦੀ ਨਾ ਰੇਹੜੀ ਗੱਡੀ ਜੀ ਕੋਲ ਆਲੀ, ਜਿੱਥੇ ਕਵਟ ਜਿੱਥੇ ਪੁੱਲ ਲਿਖਿਆ ਹੋਇਆ ਇੱਥੋਂ ਬਣਵਾਇਆ ਸੀ ਮਿੱਤਰੋ ਕੁਲਚਾ। ਅਤੇ ਕੁਲਚਾ ਬੜਾ ਗੰਦਾ ਸੀ ਯਾਰ, ਇੰਨਾ ਗੰਦਾ ਕੁਲਚਾ। ਅਤੇ ਉਹ ਦੇਖੋ ਬਈ ਭੁੰਡੀ 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 ਖੜੀ ਬਈ, ਸਾਡੇ ਇੱਧਰ ਭੁੰਡੀ ਕਹਿੰਦੇ ਆ, ਆਪਣੇ ਤਾਂ ਉੱਧਰ ਚੱਲਦੀ ਨਹੀਂ ਹੈਗੀ, ਜਲਾਦੀ ਆਲ ਪਤਾ ਨਹੀਂ ਕਿੱਥੇ ਕਿੱਥੇ ਜਾਂਦੀ ਹੈ ਗੋਂਦ ਵਾਲ, ਠੀਕ ਆ। ਚਲੋ ਨਾਨਕੇ ਆਪਣੇ ਇੱਥੇ ਨੇੜੇ ਨੇਗੇ, ਇੱਥੋਂ ਆਪਾਂ ਚੱਲੀਏ ਨਾਨਕਿਆਂ ਨੂੰ। ਇੱਥੇ ਰੱਖੜੀਆਂ ਰੁੱਖੜੀਆਂ ਮੰਮੀ ਹੋਣੀ ਲੈਣ ਆਏ ਨੇਗੇ, ਠੀਕ ਆ। ਮਾਮੇ ਨੂੰ ਭਿੰਜ ਨਹੀਂ ਦੇਣਾ ਫਿਰ ਰੱਖੜੀਆਂ ਬਾਹਰ, ਨਾਲ ਇੱਕ ਡੱਬਾ ਡੁੱਬਾ ਲੈ ਲੈਣਗੇ ਅਤੇ ਆਪਣਾ ਸਰ ਜੂਗਾ ਬਸ। ਹਾਂ 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 ਦੇਖੋ ਨੋਣਾ ਹਾਏ ਸਾਡਾ ਸੋਹਣਾ, ਦੂਜੀ ਕਿੱਥੇ ਆ ਨੀਜੂ, ਕਿੱਥੇ ਨੀਜੂ ਹੈ ਨੋਣਿਆ, ਓਏ ਨੋਣਿਆ ਨੀਜੂ ਕਿੱਥੇ ਆ, ਦੇਖੋ ਦੇਖੋ ਮੇਰਾ ਸੋਹਣਾ ਕਿਵੇਂ ਕੱਢ, ਕਿਵੇਂ ਸੋਹਣਾ ਮੋਹਣਾ ਸਾਡਾ ਖੇਡਦਾ ਕਿਵੇਂ ਲੈ, ਤੂੰ ਬੜਾ ਗੰਢ ਬੰਦਾ ਚਰਕ ਦਾ ਬੰਦਾ ਹੀ ਨਹੀਂ ਕੋਈ, ਹੈਂ ਹੈਂ ਤੰਦੀ ਥਾਈਆਂ ਤੰਦੀ ਥਾਈਆਂ ਦੀ ਲੈ ਮੇਰਾ ਬਾਲਾ ਹੀ ਸੋਹਣਾ, ਮੇਰਾ ਮੋਹਣਾ ਕੌਣ ਹਾਏ 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 ਗੁੜ 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 ਨੀਜੂ ਇਹ ਤੂੰ ਨਹੀਂ ਆ ਗਈ, ਇਹ ਨੀਜੂ 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 ਇਹਨਾਂ ਨਹੀਂ ਨੀਜੂ। ਆ ਜਾ ਭੱਜਾ ਭੱਜਾ ਭੱਜਾ, ਆ ਜਾ ਖੇਡੀਏ, ਆ ਜਾ। ਲਓ ਵੀ ਮਿੱਤਰੋ ਨਾਨਕੇ ਅਸੀਂ ਤੁਰ ਪਏ ਸੀਗੇ, ਮੰਮੀ ਇਹਨਾਂ ਨਾਲ ਮਿਲ ਮੁਲ ਲਏ, ਕਾਫੀ ਟਾਈਮ ਅਸੀਂ ਉੱਥੇ ਗੱਲਾਂ ਬਾਤਾਂ ਮਾਰੀਆਂ। ਮੰਮੀ ਨੇ ਦਿਖਾਈ ਕੀ ਦਿੱਤਾ, ਡਿੱਗੀ 'ਚ ਪਿਆ ਬਾਈ, ਮੰਮੀ ਨੇ ਚਾਰ ਚੂਰ ਬਾਬਾ ਕੋਲ ਦਿੱਤਾ, ਠੀਕ ਆ, ਅਤੇ ਆਹ ਕੌਂਪਲੈਨ ਵਗੈਰਾ ਵੀ ਦਿੱਤਾ ਦੇਖ ਲਓ, ਅਤੇ ਦੁੱਧ ਦੁੱਧ ਪਾਉਣ ਨੂੰ ਜਿਹੜਾ ਤਾਕਤ ਤੁਕਤ ਬਣਾ ਦਿੰਦਾ ਉਹ ਚੀਜ਼ਾਂ ਦਿੱਤੀਆਂ ਨੇਗੀਆਂ। ਸਭ ਤੋਂ ਸਪੈਸ਼ਲ ਚੀਜ਼ ਮੈਂ ਐਮਾਜ਼ੋਨ ਸਟਿੱਕ ਉੱਥੇ ਪਈ ਸੀ, ਉਹ ਵੀ ਚੱਕ ਲਿਆ, ਮੰਮੀ ਕਹਿੰਦੀ ਲੈ ਜਾ ਇੱਥੇ ਕੋਈ ਚੀਜ਼ ਦੇਖਦਾ ਨਹੀਂ ਹੈਗਾ, ਮੈਂ ਕਿਹਾ ਚੱਲ ਫੈਕਟਰੀ ਲਾ ਲਾਂਗੇ। ਅਤੇ ਬਾਕੀ ਮਿੱਤਰੋ ਤੁਸੀਂ ਸੁਣਾਓ, ਤੁਹਾਡਾ ਹਾਲ ਚਾਲ ਕਿਵੇਂ ਆ, ਜੇ ਠੀਕ ਹੋ ਤਾਂ ਲਾਈਕ ਕਰਕੇ ਮੈਨੂੰ ਜ਼ਰੂਰ ਦੱਸੋ ਵੀ ਹਾਂ ਮੈਨੂੰ ਪਤਾ ਲੱਗ ਜਾਵੇ ਕਿੰਨੇ ਬੰਦੇ ਠੀਕ ਨੇ ਕਿੰਨੇ ਬੰਦੇ ਨਹੀਂ, ਠੀਕ ਆ। ਬਾਕੀ ਹੋ ਪਿੰਡ ਨੂੰ ਨਿਕਲਣ ਲੱਗਿਆ ਬਾਈ, ਟਾਈਮ ਹੋ ਗਿਆ 5:00, ਮੌਸਮ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਹੋਇਆ ਪਿਆ ਬਾਈ, ਇੱਕ ਨੰਬਰ, ਓਏ ਹੋਏ ਹੋਏ ਹੋਏ, ਕਿਆ ਬਾਤ ਆ ਕਿਆ ਬਾਤ ਆ।
ਮਿੱਤਰੋ ਇਹ ਮਿੱਤਰੋ ਸ਼ਬਦ ਤੁਹਾਨੂੰ ਪਤਾ ਹੀ ਆ ਕੌਣ ਕਹਿੰਦਾ ਹੁੰਦਾ ਮਿੱਤਰੋ, ਠੀਕ ਆ। ਬਟ ਚਲੋ ਆਪਾਂ ਕੀ ਲੈਣਾ, ਆਪਾਂ ਤਾਂ ਮਿੱਤਰੋ ਕੇਲੇ ਲੈਣੇ ਆ ਇੱਥੋਂ, ਕੇਲੇ ਜੇ ਕਿਤੇ ਮਿਲ ਜਾਣ ਨਾ ਘਰੇ, ਕੇਲੇ ਲੈ ਕੇ ਜਾਣੇ ਆਪਾਂ। ਅਤੇ ਸਾਰਾ ਲੁਧਿਆਣਾ ਲੁਧਿਆਣਾ ਘੁੰਮ ਘੁੰਮ ਕੇ ਵਾਪਸ ਆ ਗਏ ਆ, ਠੀਕ ਆ। ਦੇਖਦੇ ਹਾਂ ਤਾਂ ਕੇਲੇ ਵਾਲਾ ਖੜਾ ਕਿ ਨਹੀਂ, ਸਭ ਤੋਂ ਪਹਿਲਾਂ ਸਹੀ ਆ ਨਾ, ਹੈ ਨਾ ਕਿ ਨਹੀਂ, ਯੈਸ ਸਹੀ ਆ। ਜੇ ਸਹੀ ਆ ਤਾਂ ਲਾਈਕ ਕਰ ਦਿਓ। ਹੋਰ ਸੁਣਾਓ ਮਿੱਤਰੋ, ਕੀ ਹਾਲ ਚਾਲ ਤੁਹਾਡਾ, ਵਧੀਆ ਹੈਗੇ ਹੋ ਕਿ ਨਹੀਂ ਹੈਗੇ, ਉਹ ਵੀ ਕਮੈਂਟਾਂ 'ਚ ਕਰਕੇ ਦੱਸ ਦਿਓ, ਠੀਕ ਆ। ਭੀੜ ਜਾਮ ਲੁਧਿਆਣੇ ਦੀ ਖਾਸ ਪੇਸ਼ੀਅਤ ਪਤਾ ਨਹੀਂ ਪੇਸ਼ੀਅਤ ਹੈ ਨਾ। ਅਤੇ ਫਟਾਫਟ ਘਰ ਨੂੰ ਚੱਲਿਓ, ਕੈਮਰੇ ਇੱਕ ਜਗ੍ਹਾ ਬਾਈ, ਉਹ ਉੱਥੇ ਕੇਲੇ, ਓਏ ਹੋਏ ਹੋਏ, ਉਹ ਦੇਖੋ ਕੇਲੇ, ਉੱਥੋਂ ਕੇਲੇ ਲੈ ਆਈਏ। ਸਾਹਮਣੇ ਬਾਈ ਲੱਗਿਆ ਹੋਇਆ ਹਾਈਟੈਕ ਨਾਕਾ, ਅਤੇ ਕੀ ਕਹੀਏ ਹੁਣ, ਨਿਕਲ ਜਾਵਾਂਗੇ ਕਿ ਫਸ ਜਾਵਾਂਗੇ, ਤੁਸੀਂ ਆਪ ਹੀ ਗੈਸ ਕਰੋ, ਠੀਕ ਆ। ਬਾਕੀ ਬਾਈ ਆਪਾਂ ਰਾਏਕੋਟ ਤੋਂ ਆ ਗਏ ਸੀਗੇ ਅਤੇ ਫੈਕਟਰੀ ਦੇ ਕੰਮ ਕਰ ਲਈ, ਲੁਧਿਆਣੇ ਗਏ ਸੀਗੇ, ਠੀਕ ਆ। ਅੱਜ ਬਾਈ ਸਾਰਾ ਦਿਨ ਬਹੁਤ ਬਿਜ਼ੀ ਰਿਹਾ, ਸਾਰਾ ਦਿਨ ਮੈਂ ਗੱਡੀ 'ਚ ਘੁੰਮਦਾ ਰਿਹਾ, ਸਵੇਰੇ ਵਿਪਨ ਉਹਨਾਂ ਨਾਲ ਗਿਆ ਹੈ ਨਾ, ਬਹੁਤ ਕੁਛ ਕੀਤਾ ਅੱਜ, ਅਸੀਂ ਬਹੁਤ ਇੰਜੋਏ ਕੀਤਾ ਮਿੱਤਰੋ, ਬਾਹਲਾ ਹੀ ਜ਼ਿਆਦਾ। ਅਤੇ ਵਿਪਨ ਮੈਨੂੰ ਸੁੱਤਾ ਪਿਆ ਠਾਲ ਕੇ ਲੈ ਗਿਆ ਸੀਗਾ, ਉਵੇਂ ਤਾਂ ਉਦੋਂ ਦਾ ਆਪਾਂ ਉਵੇਂ ਫਿਰਦੇ ਹਾਂ, ਹੁਣ ਘਰੇ ਜਾ ਕੇ ਨਹਾਵਾਂਗੇ ਸਭ ਤੋਂ ਪਹਿਲਾਂ ਤਾਂ ਮਿੱਤਰੋ, ਅਤੇ ਫੋਨ ਫਾਨ ਦੇਖਾਂਗੇ। ਅੱਜ ਪਹਿਲੀ ਵਾਰ ਹੋਇਆ ਵੀ ਮੈਨੂੰ ਨਾ 50% ਦਾ ਮੈਸੇਜ ਤੱਕ ਨਹੀਂ ਆਇਆ ਮਿੱਤਰੋ, ਨਹੀਂ ਤਾਂ ਹੁਣ ਨੂੰ 50% ਦਾ ਨਹੀਂ 100% ਦਾ ਮੈਸੇਜ ਆ ਚੁੱਕਿਆ ਹੁੰਦਾ, ਮਤਲਬ ਨੈੱਟ ਮੇਰਾ ਮੁੱਕ ਚੁੱਕਿਆ ਹੁੰਦਾ। ਚਲੋ ਕੋਈ ਨਹੀਂ, ਚੱਲੀਏ ਘਰ ਕੋ ਤੋਂ ਨਿਕਲ ਗਏ ਬਾਈ, ਨਿਕਲ ਗਏ, ਨਹੀਂ ਫੜਿਆ। ਦੇਖਿਆ ਤੁਹਾਡਾ ਗੈਸ ਸ਼ਾਇਦ ਗਲਤ ਵੀ ਹੋ ਗਿਆ ਜਾਂ ਸਹੀ ਵੀ ਹੋ ਗਿਆ ਹੋਣਾ ਬਾਈ, ਆਪਾਂ ਨੂੰ ਨਹੀਂ ਰੋਕਦੇ ਬੰਦੇ, ਜੇ ਰੋਕਣਗੇ ਆਪਾਂ ਗੱਲ ਕਰਵਾ ਦਾਂਗੇ, ਸਹੀ ਆ ਨਾ। ਵੈਸੇ ਤਾਂ ਆਪਣੇ ਕੋਲ ਸਾਰੇ ਕਾਗਜ਼ ਪੱਤਰ ਪੂਰੇ ਆ ਗੱਡੀ ਦੇ, ਸਾਰਾ ਕੁਝ ਪੂਰਾ, ਲਾਇਸੈਂਸ ਵਗੈਰਾ ਆਪਣਾ ਬਣਿਆ ਹੋਇਆ, ਕੋਈ ਚੱਕਰੀ ਨਹੀਂ ਮਿੱਤਰੋ। ਹੁਣ ਫਟਾਫਟ ਘਰ ਨੂੰ ਚੱਲੀਏ, ਘਰੇ ਜਾ ਕੇ ਰੋਟੀ ਪਾਣੀ ਖਾਈਏ। ਕੇਲੇ ਸੱਚ ਉੱਥੋਂ ਬਾਈ ਮਿਲੇ ਨਹੀਂ ਹੈਗੇ, ਇੱਧਰੋਂ ਦੇਖਦੇ ਹਾਂ ਕਿਤੋਂ ਕੇਲੇ, ਗਿੱਲਾਂ ਤੋਂ ਲੈ ਲਾਂਗੇ, ਬਾਹਲੀ ਵੱਡੀ ਗੱਲ ਥੋੜ੍ਹੀ ਨਾ ਹੈਗੀ ਆ। ਬਸ ਇੰਨਾ ਵਾ ਵੀ ਹਨੇਰਾ ਹੋ ਗਿਆ ਬਾਈ, ਆਹ ਦੇਖੋ ਜਿੱਥੇ ਤੁਹਾਨੂੰ ਆਹ ਧੂੰਆਂ ਦੇਖ ਰਹੇ ਨਾ, ਇੰਨਾ ਗੰਦ, ਹਨੇਰਾ ਗੰਦ, ਇਹ ਇੱਥੇ ਨਾ ਵੀ ਸਰਕਾਰ ਨੂੰ ਕੁਝ ਕਰਨਾ ਚਾਹੀਦਾ, ਕਿਉਂਕਿ ਇੱਥੇ ਇੰਨਾ ਗੰਦ, ਮੁੜ ਕੇ ਇੱਥੇ ਲਾ ਦਿੰਦੇ ਅੱਗ ਬਾਈ, ਅੱਗ ਜਦੋਂ ਲਾ ਦਿੰਦੇ ਨਾ, ਇੰਨਾ ਪੋਲਿਊਸ਼ਨ, ਗੰਦਾ ਪੋਲਿਊਸ਼ਨ ਯਾਰ, ਸਿਰਾ ਜ਼ਹਿਰੀਲਾ ਸਮਝ ਲਓ, ਠੀਕ ਆ। ਇਹ ਤਾਂ ਪੁੱਛ ਲਾ ਮਾੜਾ ਜਿਹਾ, ਕੇਲੇ ਲਿਆ ਜਾ ਬੱਜਾ, ਉਹਦੇ ਹੈਗੇ ਆ ਵਧੀਆ ਵਧੀਆ ਜੇ, ਲਿਆ ਜਾ ਬੱਜਾ। ਅਤੇ ਬਾਈ ਇੰਨਾ ਪੋਲਿਊਸ਼ਨ ਹੁੰਦਾ, ਇੰਨਾ ਗੰਦ ਪਾਉਂਦੇ ਨਾ ਲੋਕ, ਬਾਈ ਗੱਲ ਛੱਡ ਦਿਓ, ਸਮਝ ਲਓ ਯਾਰ ਤੁਸੀਂ, ਗੰਦ ਤਾਂ ਮੇਰੇ ਤਾਂ ਇੰਨਾ ਗੰਦ ਪਿਆ ਹੁੰਦਾ ਉੱਥੇ, ਸਹੀ ਹੈ ਨਾ। ਇੱਦੋਂ ਵਧੀਆ ਨਾ ਬਾਈ, ਇੱਦੋਂ ਵਧੀਆ, ਉੱਥੇ ਸਰਕਾਰ ਨੂੰ ਕੋਈ ਨਾ ਕੋਈ ਚੀਜ਼ ਬਣਾਉਣੀ ਚਾਹੀਦੀ ਆ, ਰੀਸਾਈਕਲ ਵਾਲਾ ਜਾਂ ਕੁਛ ਕਰਨਾ ਚਾਹੀਦਾ, ਜਾਂ ਕੁਛ ਵੀ ਕਰਨਾ ਚਾਹੀਦਾ, ਤਾਂ ਕਿ ਜਿਹੜਾ ਇੱਥੋਂ ਗੰਦ ਨਾ ਪਵੇ ਬਾਈ। ਸਮਝਦੇ ਹੋ ਨਾ ਤੁਸੀਂ ਮੇਰੀਆਂ ਫੀਲਿੰਗਾਂ ਨੂੰ, ਸਮਝੋ ਤੁਸੀਂ, ਮਹਿਸੂਸ ਕਰੋ ਅੰਦਰੋਂ, ਮਹਿਸੂਸ ਕਰੋ ਅੰਦਰੋਂ,